ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਿੰਨੀਆਂ ਵੀ ਫਿਲਮਾਂ ਲਿਖੀਆਂ ਪਿੱਛੇ, ਮੈਂ ਇੰਨਾ ਹੀ ਕਹੂੰਗਾ ਇਹ ਮੇਰੀ ਜ਼ਿੰਦਗੀ ਦੀ ਬੈਸਟ ਰਾਈਟਿੰਗ ਸੀ। ਇਹ ਮੈਂ ਦਿਲੋਂ ਸੱਚ ਕਹਿ ਰਿਹਾ। ਮੈਂ ਆਂਦੇ ਭਾਈ ਨੂੰ ਕਿਹਾ ਮੇਰੀ ਜ਼ਿੰਦਗੀ ਦੀ ਬੈਸਟ ਰਾਈਟਿੰਗ ਸੀ ਭਾਈ, ਤੁਹਾਨੂੰ ਬੈਸਟ ਫਿਲਮ ਲੱਗੇਗੀ। ਜੇ ਬਾਕੀ ਕੋਈ ਸ਼ਰੀਕਾਂ ਨੂੰ ਪਿਆਰ ਕਰਦਾ ਹੈ ਜਾਂ ਕੁਝ ਨਵਾਂ ਦੇਖਣਾ ਚਾਹੁੰਦਾ ਤਾਂ ਜ਼ਰੂਰ ਆਇਓ, ਤੁਹਾਨੂੰ ਪ੍ਰਾਊਡ ਹੋਏਗਾ ਦੇਖ ਕੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਫੋਰ ਕਮਿੰਗ। ਮੈਂ ਵੀ ਤੁਹਾਡੇ ਨਾਲ ਪਹਿਲੀ ਵਾਰੀ ਟ੍ਰੇਲਰ ਵੇਖਿਆ ਐਂਡ ਆਈ ਜਸਟ ਲਵਡ ਇਟ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਸੰਦ ਆਇਆ ਹੋਵੇ। ਯੈਸ ਆਫਕੋਰਸ, ਮੈਂ ਵੀ ਸੇਮ ਚੀਜ਼ ਕਹੂੰਗੀ ਕਿ ਰਾਕੇਸ਼ ਜੀ ਥੈਂਕ ਯੂ ਇਹੋ ਜਿਹਾ ਟੋਪਿਕ ਪੰਜਾਬੀ ਸਿਨੇਮਾ 'ਚ ਲਿਆਉਣ ਲਈ, ਬਿਕੋਜ਼ ਪੰਜਾਬੀ ਸਿਨੇਮਾ ਇਜ਼ ਗਰੋਇੰਗ ਐਂਡ ਗੋਇੰਗ ਟੂ ਨੈਕਸਟ ਲੈਵਲ, ਸੋ ਇਹੋ ਜਿਹੀਆਂ ਸਟੋਰੀਜ਼ ਮਸਟ ਹੈਵ ਮੀ। ਐਂਡ ਟੂ ਆਲ ਦ ਮੀਡੀਆ ਆਈ ਵੁੱਡ ਜਸਟ ਲਾਈਕ ਟੂ ਸੇ ਕਿ ਲੈਟਸ ਪ੍ਰਮੋਟ ਦਿਸ ਫਿਲਮ ਇਨ ਅ ਵੇ ਕਿ ਆਪਣਾ ਸਿਨੇਮਾ ਜੇ ਡਿਫਰੈਂਟ ਕੰਟੈਂਟ ਲੈ ਕੇ ਆ ਰਿਹਾ ਤਾਂ ਲੋਕਾਂ ਨੂੰ ਵੀ ਪਤਾ ਲੱਗੇ ਦੈਟ ਵੀ ਆਰ ਵਰਕਿੰਗ ਹਾਰਡ ਫੋਰ ਡਿਫਰੈਂਟ ਕੰਟੈਂਟ, ਸੋ ਦੇ ਸ਼ੁੱਡ ਆਲਸੋ ਗੋ ਇਨ ਦ ਸਿਨੇਮਾਜ਼ ਟੂ ਵਾਚ ਡਿਫਰੈਂਟ ਕੰਟੈਂਟ। ਮੈਂ ਕੁਛ ਨਹੀਂ ਕਹਿਣਾ, ਮੈਂ ਅੱਜ ਬਿਲਕੁਲ ਚੁੱਪ ਹਾਂ। ਜੋ ਅਸੀਂ ਕਹਿਣਾ ਚਾਹੁੰਦੇ ਹਾਂ ਆਪਾਂ ਆਪਣੇ ਟ੍ਰੇਲਰ ਤੋਂ ਕਹਿਤਾ, ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਊਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਸੋ ਮੱਚ ਕਿ ਤੁਸੀਂ ਤਾਂ ਆਏ ਹੋ ਐਂਡ ਆਈ ਰੀਲੀ ਹੋਪ ਕਿ ਤੁਸੀਂ ਇਸ ਫਿਲਮ ਨੂੰ ਪ੍ਰਮੋਟ ਕਰੋਗੇ, ਤੁਸੀਂ ਇੰਜੋਏ ਕਰੋਗੇ, ਦੇਖਣ ਜਾਓਗੇ। ਵੁਮੈਨ ਇੰਪਾਵਰਮੈਂਟ ਦੀ ਗੱਲ ਹੋ ਰਹੀ ਹੈ ਐਂਡ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ। ਬਹੁਤ ਕੁਛ ਬਦਲ ਗਿਆ ਹੈ ਬਟ ਆਈ ਥਿੰਕ ਹਜੇ ਵੀ ਬਹੁਤ ਇੰਪਰੂਵਮੈਂਟ ਦੀ ਲੋੜ ਹੈ। ਸੋ ਜੇ ਤੁਸੀਂ ਇਹ ਫਿਲਮ ਦੇਖੋਗੇ ਤਾਂ ਸ਼ਾਇਦ ਸਾਡੀਆਂ ਕੁੜੀਆਂ ਨੂੰ ਹੌਸਲਾ ਮਿਲੂਗਾ ਐਂਡ ਸ਼ਾਇਦ ਜਿਹੋ ਜਿਹਾ ਗਿੱਪੀ ਜੀ ਦਾ ਕਿਰਦਾਰ ਹੈ ਫਿਲਮ ਦੇ ਵਿੱਚ, ਉਹੋ ਜਿਹੇ ਹੋਰ ਮਰਦ ਹੈਲਪ ਕਰਨਗੇ ਔਰਤਾਂ ਦੀਆਂ ਐਂਡ ਲਾਈਕ ਦੇ ਕਮ ਫੋਰਵਰਡ ਟੂ ਹੈਲਪ ਵੁਮੈਨ। ਸੋ ਆਈ ਹੋਪ ਯੂ ਗਾਈਜ਼ ਹੈਵ ਵਾਚਡ ਦਿਸ ਫਿਲਮ। ਥੈਂਕ ਯੂ ਜੀ। ਤੁਸੀਂ ਟ੍ਰੇਲਰ ਦੇਖ ਲਿਆ, ਉਮੀਦ ਆ ਤੁਹਾਨੂੰ ਟ੍ਰੇਲਰ ਵਧੀਆ ਲੱਗਿਆ ਹੋਊਗਾ। ਸੋ ਮੈਨੂੰ ਜਦੋਂ ਪੰਕਜ ਜੀ ਹੋਰਾਂ ਨੇ, ਅੰਸ਼ ਭਾਅ ਜੀ ਨੇ ਅਤੇ ਰਾਕੇਸ਼ ਜੀ ਜਦੋਂ ਫਿਲਮ ਇਹ ਸੁਣਾਈ ਸੀਗੀ ਤਾਂ ਸਾਡੇ ਦੋ ਤਿੰਨ ਨਾਲ ਸੁਣਨ ਤੋਂ ਪਹਿਲਾਂ ਪੱਕੇ ਜੀ ਸਵਾਲ ਹੁੰਦੇ ਨੇ, ਭਾਅ ਜੀ ਕਿਹੜੀ ਕਰਨੀ ਹੈ, ਕਮੇਡੀ ਹੈ ਹੈ ਨਾ? ਅਤੇ ਇਹ ਕਹਿੰਦੇ ਭਾਅ ਜੀ ਪਹਿਲਾਂ ਸੁਣ ਲਓ ਵੀ ਫਿਰ ਜਿਵੇਂ ਕਹੋਗੇ ਆਪਾਂ ਉਵੇਂ ਕਰ ਲਾਂਗੇ। ਸਕ੍ਰਿਪਟਾਂ ਬਹੁਤ ਨੇ ਕਿਉਂਕਿ ਭਾਅ ਜੀ ਬਹੁਤ ਫਾਸਟ ਨੇ, ਇਹਨਾਂ ਕੋਲ ਹੁਣ ਵੀ ਜੇ ਤੁਸੀਂ ਪੁੱਛੋ ਝੋਲੇ 'ਚ 500-700 ਸਕ੍ਰਿਪਟ ਪਈ ਹੁੰਦੀਆਂ, ਨਾਲ ਹੀ ਚੱਕ ਦਿੰਦੇ ਆ ਕੰਮ ਹੈ ਨਾ। ਅਤੇ ਮੈਨੂੰ ਬਹੁਤ ਵਧੀਆ ਲੱਗਿਆ ਥੋਟ ਸੀ ਜੋ, ਸੋ ਬਹੁਤ ਘੱਟ ਫਿਲਮਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਕਰਨ ਨੂੰ ਕੋਈ ਕਰੈਕਟਰ ਮਿਲੇ, ਕੋਈ ਚੰਗੀ ਚੀਜ਼ ਮਿਲੇ ਔਰ ਜਿਹਨੂੰ ਲੋਕ ਜਿਸ ਸਿਨੇਮੇ ਨੂੰ ਲੋਕ ਇੰਜੋਏ ਵੀ ਕਰਨ ਅਤੇ ਉਹਤੋਂ ਚੰਗੇ ਸੁਨੇਹੇ ਵੀ ਮਿਲਣ, ਚੰਗੀ ਕੋਈ ਚੀਜ਼ ਸਾਨੂੰ ਸਿੱਖਣ ਕੱਢਣ ਪਾਉਣ ਨੂੰ ਵੀ ਮਿਲੇ। ਸੋ ਮੈਨੂੰ ਲੱਗਦਾ ਜੀ ਕਿ ਮੈਂ ਵੀ ਆਪਣੀ ਲਾਈਫ 'ਚ ਜਿਹੜੀਆਂ ਚੰਗੀਆਂ ਫਿਲਮਾਂ ਕੀਤੀਆਂ ਨੇ ਸੋ ਇਹ ਉਹਨਾਂ 'ਚੋਂ ਇੱਕ ਫਿਲਮ ਹੈ। ਅਤੇ ਹੋ ਸਕਦਾ ਹੈ ਕਿ ਜੇ ਤੁਸੀਂ ਸਾਰੇ ਸਪੋਰਟ ਕਰੋ ਆਪਾਂ ਇਸ ਸਿਨੇਮੇ ਨੂੰ ਸਪੋਰਟ ਕਰੀਏ ਤਾਂ ਹੋ ਸਕਦਾ ਸਾਡੇ ਸਾਰਿਆਂ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੋਵੇ ਹੈ ਨਾ। ਅਤੇ ਕਿਉਂਕਿ ਮੀਡੀਆ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ, ਸੋ ਮੈਨੂੰ ਲੱਗਦਾ ਕਿ ਪਿੱਛੇ ਜਿਹੜੇ ਸਾਲ ਡੇਢ ਸਾਲ ਜਿਹੜਾ ਬਾਲੀਵੁੱਡ ਦਾ ਲੰਘਿਆ ਵਾ, ਉਹ ਜਿੱਥੇ ਕਿ ਬਾਇਕਾਟ ਬਾਲੀਵੁੱਡ ਚੱਲਦਾ ਸੀ, ਅੱਧਾ ਤਾਂ ਉਹ ਮੀਡੀਆ ਨੇ ਚਲਾ ਚਲੂ ਕੇ ਉੱਥੇ ਦੇ ਨੇ ਸੱਤਿਆਨਾਸ਼ ਕੀਤਾ ਹੋਇਆ ਸੀ, ਵਿੱਚ ਚੰਗੀਆਂ ਫਿਲਮਾਂ ਵੀ ਆਈਆਂ ਜਿਹੜੀਆਂ ਕਿ ਖਰਾਬ ਹੋ ਗਈਆਂ ਹੈ ਨਾ। ਸੋ ਮੈਂ ਇਹ ਨਹੀਂ ਕਹਿੰਦਾ ਕਿ ਹਰ ਫਿਲਮ ਨੂੰ ਤੁਸੀਂ ਚੰਗਾ ਕਹੋ, ਚੰਗੀ ਨੂੰ ਚੰਗਾ ਕਹੋ, ਚਾਹੇ ਸਾਡੀ ਹੋਈ ਆ, ਜੇ ਨਹੀਂ ਚੰਗੀ ਹੈਗੀ ਤਾਂ ਨਹੀਂ ਚੰਗੀ, ਕਿਉਂਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ, ਕਿਉਂਕਿ ਸਾਡੀ ਵੀ ਬੇਸਿਕਲੀ ਦੁਕਾਨਦਾਰੀ ਇਹੀ ਆ, ਹੱਟੀ ਤਾਂ ਪਾਈ ਨਹੀਂ ਹੋਈ ਹੈਗੀ, ਅਸੀਂ ਫਿਲਮਾਂ ਹੀ ਬਣਾਉਣੀਆਂ ਨੇ, ਤੁਹਾਨੂੰ ਚੀਜ਼ ਨਹੀਂ ਚੰਗੀ ਲੱਗੂ ਤਾਂ ਨੈਕਸਟ ਟਾਈਮ ਅਸੀਂ ਉਹਨੂੰ ਕੁਛ ਹੋਰ ਬਣਾਵਾਂਗੇ। ਹੁਣ ਸਾਨੂੰ ਲੱਗਿਆ ਸੀ ਇਸ ਮੌਕੇ 'ਤੇ ਕਿ ਕਿਸ ਤਰ੍ਹਾਂ ਦੇ ਸਿਨੇਮੇ ਦੀ ਲੋੜ ਹੈ, ਸੋ ਸਾਰੀ ਟੀਮ ਨੇ ਪੂਰੀ ਸਲਾਹ ਮਸ਼ਵਰੇ ਦੇ ਨਾਲ ਅਸੀਂ ਇਹ ਫਿਲਮ ਬਣਾਈ ਆ। ਔਰ ਜਦੋਂ ਅਸੀਂ ਫਿਲਮ ਦੇਖੀ, ਟ੍ਰੇਲਰ ਦੇਖਿਆ, ਸਾਨੂੰ ਲੱਗਿਆ ਕਿ ਸ਼ਾਇਦ ਜੋ ਅਸੀਂ ਚਾਹੁੰਦੇ ਸੀ ਅਸੀਂ ਉਹ ਬਣਾ ਸਕੇ ਹਾਂ। ਬਾਕੀ ਹੈਂਡ ਓਵਰ ਟੂ ਯੂ, ਤੁਸੀਂ ਆਪਣੇ ਕੁਐਸਚਨ ਸਾਨੂੰ ਪੁੱਛ ਸਕਦੇ ਹੋ ਜੀ। ਬਹੁਤ ਅਮੇਜ਼ਿੰਗ, ਮੈਨੂੰ ਐਕਚੁਅਲੀ ਟ੍ਰੇਲਰ ਬਹੁਤ ਨੈਕਸਟ ਲੈਵਲ ਲੱਗਿਆ, ਬਹੁਤ ਵਧੀਆ ਲੱਗਿਆ। ਇਹੋ ਜਿਹੀ ਫਿਲਮ ਦੀ ਸਾਨੂੰ ਲੋੜ ਸੀ, ਰਾਈਟ? ਇਹੋ ਜਿਹੀ ਫਿਲਮ ਸਾਨੂੰ ਚਾਹੀਦੀ ਸੀ, ਬਹੁਤ ਅਲੱਗ ਸਿਨੇਮਾ, ਬਹੁਤ ਸਹੀ ਸਿਨੇਮਾ, ਪੰਜਾਬੀ ਸਿਨੇਮਾ ਨੂੰ ਇਹੋ ਜਿਹਾ ਕੁਛ ਚਾਹੀਦਾ ਸੀਗਾ। ਆਈ ਰੀਲੀ ਹੋਪ ਇਹ ਫਿਲਮ ਬਹੁਤ ਹਾਈਟਸ ਟੱਚ ਕਰੇ, ਮਿੱਤਰਾਂ ਦਾ ਨਾਂ ਇੱਦਾਂ ਹੀ ਚੱਲੇ। ਬਹੁਤ ਘੈਂਟ ਹੈ ਟ੍ਰੇਲਰ ਐਂਡ ਜਨੂਨ ਦਿਖ ਰਿਹਾ ਐਕਚੁਅਲੀ ਫਿਲਮ ਦੇ ਵਿੱਚ ਨਾ, ਸਭ ਦਾ ਜਨੂਨ ਰਾਈਟਿੰਗ। ਅਤੇ ਮੀਡੀਆ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ, ਦੀਦਾਰ ਭਾਅ ਜੀ ਬੋਲ ਜਾਂਦੇ। ਹਾਂਜੀ ਦੀਦਾਰ ਭਾਅ ਜੀ,
ਭਾਜੀ ਮੈਂ ਤਾਂ ਰੀਲਾਂ ਰੋਲਾਂ 'ਚ ਜ਼ਿਆਦਾ ਬੋਲਦਾ ਅਤੇ ਇਹ ਆ ਵੀ ਸਾਰੇ ਪੰਜਾਬ ਵਾਲੇ ਨਾ ਅਕਸਰ ਹੀ ਲੋਕ ਦੇ ਕਮੈਂਟ ਕਮੁੰਟ ਕਰਦੇ ਕਿ ਪੋਸਟ ਲਿਆਉਂਦੇ ਵੀ ਕੰਟੈਂਟ ਨਹੀਂ ਤੁਸੀਂ ਵਧੀਆ ਲੈ ਕੇ ਆਉਂਦੇ ਕੰਟੈਂਟ, ਮੈਨੂੰ ਲੱਗਦਾ ਵੀ ਇਹ ਜਿਹੜੀ ਇੱਕ ਆਮ ਜ਼ਿੰਦਗੀ ਦੀ ਸਟੋਰੀ ਆ, ਸੋ ਬਹੁਤ ਹੀ ਘੈਂਟ ਹੈ, ਜਿੰਨੇ ਵੀ ਆਪਣਾ ਵੇਖਣਗੇ ਸਾਰੇ ਲੋਕ ਉਹਨਾਂ ਨੂੰ ਐਂ ਲੱਗੂਗਾ ਕਿ ਸਾਡੀ ਆਪ ਦੀ ਸਟੋਰੀ ਆ ਇਹ, ਸੋ ਬਹੁਤ ਹੀ ਡਿਫਰੈਂਟ ਕੰਟੈਂਟ ਆ। ਐਂਡ ਜਿਹੜਾ ਮੇਰਾ ਖੁਦ ਦਾ ਕਰੈਕਟਰ ਹੈ ਵਿੱਚ, ਉਹ ਹੁਣ ਤੱਕ ਜਿਹੜੀ ਮੈਂ ਕੌਮੇਡੀ ਕਰਦਾ ਹਾਂ, ਸੋ ਮੈਨੂੰ ਲੱਗਦਾ ਕਿ ਕੌਮੇਡੀ ਤੋਂ ਹਟ ਗਿਆ ਔਰ ਫਿਲਮ 'ਤੇ ਤੁਹਾਨੂੰ ਘੈਂਟ ਲੱਗਣੀ ਲੱਗਣੀ, ਮੇਰਾ ਕਰੈਕਟਰ ਵਿੱਚ ਵਧੀਆ ਲੱਗੂਗਾ। ਮੇਰੇ ਕਰੈਕਟਰ ਤੋਂ ਸਿੱਖਣਾ ਕੌਣ ਨਹੀਂ, ਸਿਰਫ ਉਹਨੇ। ਸੋ ਫਿਲਮ ਬਹੁਤ ਸੋਹਣੀ ਔਰ ਸੱਚੀ 'ਚ ਜਿਹੜਾ ਸਾਰੇ ਕਹਿੰਦੇ ਸੀਗੇ ਕੰਟੈਂਟ ਵਧੀਆ ਹੋਣਾ ਚਾਹੀਦਾ, ਮੈਨੂੰ ਲੱਗਦਾ ਕਿ ਜਿਹਨੂੰ ਆਉਂਦੇ ਆਪਾਂ ਕੋਕਾ ਸਿਰਾ ਐਂਡ ਗੱਲਬਾਤ, ਉਹ ਹੀ ਆ ਬਸ। ਕਿਆ ਬਾਤ, ਕਿਆ ਬਾਤ ਭਾਈ। ਫੋਰਥ ਸਿਸਟਰ ਜਿਹੜੀ ਹੈ, ਉਹਨਾਂ ਦੇ ਉਹਨਾਂ ਨਾਲ ਵੀ ਗੱਲ ਕਰਾ ਦਿਓ ਥੋੜ੍ਹੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਆਰਜੀ ਹੈਗਾ, ਮੈਂ ਇਸ ਮੂਵੀ 'ਚ ਡੈਬਿਊ ਦਿੱਤਾ। ਆਈ ਵੁੱਡ ਲਾਈਕ ਟੂ ਥੈਂਕ ਪੰਕਜ ਸਰ, ਗਿੱਪੀ ਸਰ, ਐਵਰੀਬਡੀ, ਥੀਏਟਰ ਆਰਮੀ ਫਿਲਮ ਜਿਹਨੇ ਮੈਨੂੰ ਕਾਸਟ ਕੀਤਾ। ਹੋਪ ਤੁਹਾਨੂੰ ਸਾਡਾ ਕੰਟੈਂਟ ਪਸੰਦ ਆਏ, ਤਾਂ ਬਲੈਸਿੰਗਸ ਦਿਓ ਅਤੇ ਸਪੋਰਟ ਕਰਿਓ। ਤੁਹਾਡਾ ਰੋਲ, ਤੁਹਾਡਾ ਰੋਲ ਕੀ ਹੈ? ਗਿੱਪੀ ਜੀ, ਵਿਲ ਯੂ ਪਲੀਜ਼ ਥਰੋ ਸਮ ਮੋਰ ਲਾਈਟ ਔਨ ਯੋਰ ਕੈਰੇਕਟਰ, ਤੁਹਾਡਾ ਕੈਰੇਕਟਰ ਬਾਰੇ ਥੋੜ੍ਹਾ ਦੱਸੋਗੇ? ਇੱਕ ਤਾਂ ਬੋਲਣ ਵਿੱਚ ਥੋੜ੍ਹੀ ਪ੍ਰੋਬਲਮ ਦੇਖੀ ਹੈ ਅਸੀਂ, ਹਾਂਜੀ, ਤੇ ਉਹਦੀ ਕੀ ਸਿਗਨੀਫਿਕੈਂਸ ਹੈ? ਹਾਂਜੀ, ਥੋੜ੍ਹੀ ਉਹ ਪ੍ਰੋਬਲਮ ਹੈਗੀ ਆ ਜੀ, ਸਿੱਧਾ ਜਿਹਾ ਨਹੀਂ ਬੋਲਦਾ ਹੈ ਨਾ। ਹਾਂਜੀ, ਤੇ ਐਕਚੁਅਲੀ ਇੱਕ ਆਮ ਇਨਸਾਨ ਹੀ ਹੈ ਜੀ, ਕੋਈ ਖਾਸ ਉਹਦੇ 'ਚ ਕੋਈ ਇਹ ਨਹੀਂ ਕਿ ਕੋਈ ਸਪੈਸ਼ਲਿਟੀ ਹੈ, ਕਿਉਂਕਿ ਰੱਬ ਜਦੋਂ ਵੀ ਕਿਸੇ ਨੂੰ ਪੈਦਾ ਕਰਦਾ ਉਹਦੇ ਅੰਦਰ ਕੁਛ ਨਾ ਕੁਛ ਪਾ ਕੇ ਭੇਜਦਾ, ਉਹ ਆਪਾਂ ਕਈ ਵਾਰੀ ਜਗਾਉਂਦੇ ਹੀ ਨਹੀਂ ਗੇ, ਆਪਾਂ ਉਹਨੂੰ ਟੋਲਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ, ਹੈ ਨਾ। ਸੋ ਇਹ ਕਰੈਕਟਰ ਵੀ ਨਹੀਂ ਕਰਦਾ ਹੈਗਾ, ਸੋ ਇਹਨੂੰ ਕਿਸ ਵਕਤ ਉਹ ਚੀਜ਼ ਆਪਣੇ ਅੰਦਰ ਫੀਲ ਹੁੰਦੀ ਆ ਅਤੇ ਉਹ ਕੁਛ ਚੀਜ਼ਾਂ ਲਈ ਸਟੈਂਡ ਲੈਂਦਾ, ਮੈਨੂੰ ਲੱਗਦਾ ਕਿ ਜਿਹੜਾ ਆਪਾਂ ਨੂੰ ਹਰ ਬੰਦੇ ਨੂੰ ਕਿਸੇ ਨਾ ਕਿਸੇ ਪੁਆਇੰਟ 'ਤੇ ਆ ਕੇ ਲੈਣਾ ਚਾਹੀਦਾ ਵਾ, ਜਿੱਥੇ ਆਪਾਂ ਉਹ ਸਟੈਂਡ ਨਹੀਂ ਲੈਂਦੇ ਹੈਗੇ। ਸੋ ਉਸ ਤਰ੍ਹਾਂ ਦੇ ਇੱਕ ਕਿਰਦਾਰ ਦੀ ਫਿਲਮ ਹੈ ਜੀ, ਬਾਕੀ ਤਾਂ ਟ੍ਰੇਲਰ 'ਚ ਜਿੰਨਾ ਕੁਛ ਦੇਖ ਲਿਆ ਮੋਟਾ ਮੋਟਾ ਸਾਹਮਣੇ ਆਈ ਗਿਆ ਜੀ। ਕਿਪੀ ਜੀ, ਤੁਸੀਂ ਜਦ ਆਪਣੀ ਮੂਵੀ ਪ੍ਰੋਡਿਊਸ ਕਰਦੇ ਹੋ ਔਰ ਜਦ ਕਿਸੇ ਦੂਸਰੇ ਦੀ ਮੂਵੀ ਵਿੱਚ ਕੰਮ ਕਰਦੇ ਹੋ, ਤੇ ਹਾਊ ਇਜ਼ ਦਾ ਯੂ ਨੋ ਡਿਫਰੈਂਸ ਇਨ ਵਰਕਿੰਗ ਸਟਾਈਲ? ਕੋਈ ਡਿਫਰੈਂਸ ਨਹੀਂ ਹੈਗਾ ਜੀ, ਦੇਰ ਇਜ਼ ਨਥਿੰਗ, ਕੁਛ ਵੀ ਨਹੀਂ ਹੈਗਾ, ਕਿਉਂਕਿ ਜੇ ਮੈਂ ਆਪਣੀ ਵੀ ਫਿਲਮ ਪ੍ਰੋਡਿਊਸ ਕਰਦਾ, ਕਿਉਂਕਿ ਹੁਣ ਮੈਂ ਰਾਈਟ ਨਾ ਉਹ ਜਿਹੜੀ ਸ਼ੂਟ ਤੋਂ ਚੱਲਦੀ ਤੋਂ ਆਇਆ ਨਿਕਲ ਗਏ, ਉਹ ਮੇਰੀ ਆਪਣੀ ਪ੍ਰੋਡਕਸ਼ਨ ਦੀ ਫਿਲਮ ਚੱਲ ਰਹੀ ਸੀਗੀ ਵਾਰਨਿੰਗ 2, ਅਤੇ ਉੱਥੇ ਵੀ ਉਹੀ ਆ ਚੀਜ਼ ਜੀ, ਕਿਉਂਕਿ ਜਦੋਂ ਇੱਕ ਵਾਰੀ ਫਿਲਮ ਚੱਲ ਪਈ, ਕਿਉਂਕਿ ਉਦੋਂ ਬਾਅਦ ਤਾਂ ਜਿਵੇਂ ਹੁਣ ਪੰਕਜ ਜੀ ਜਦੋਂ ਇੱਕ ਵਾਰੀ ਬਣਾਉਣ ਲੱਗ ਗਏ, ਅਸੀਂ ਤਾਂ ਫਿਰ ਸਾਰੀ ਟੀਮ ਨੇ ਕਹਿਤਾ ਸੀ ਨਾ, ਇਹਨਾਂ ਨੇ ਲਿਖ ਕੇ ਕਹਿਤਾ ਸੀ, ਮੈਂ ਆਪਣੇ ਆਪ ਨੂੰ, ਮੈਂ ਕਿਹਾ ਜੀ ਆਪ ਤੁਹਾਰੇ ਹਵਾਲੇ ਵਤਨ ਸਾਥੀ ਹੋ, ਹੈ ਨਾ। ਉਸ ਤੋਂ ਬਾਅਦ ਤਾਂ ਇਹੀ ਨੇ ਜੀ, ਹੈ ਨਾ, ਸਾਰੇ ਜੋ ਕਰਾਉਣਾ ਵਾ, ਜੋ ਚੀਜ਼ ਕਰਨੀ ਆ। ਪਰ ਬਾਹਰ ਦੀ ਪ੍ਰੋਡਕਸ਼ਨ ਤੁਸੀਂ ਹੋਰ ਜ਼ਿਆਦਾ ਵਧੀਆ ਕੰਮ, ਜਲਦੀ ਆਉਂਦੇ ਹੋ, ਟਾਈਮ ਟੇਬਲ ਸਭ ਨਹੀਂ, ਉਹ ਮੈਂ ਆਪਣੀ 'ਤੇ ਵੀ ਐਵੇਂ ਆਉਣਾ, ਮੈਂ ਸਾਰੀਆਂ 'ਤੇ ਆਉਣਾ, ਮੈਂ ਸਾਰੀਆਂ ਫਿਲਮਾਂ ਦੇ ਉੱਤੇ ਟਾਈਮ 'ਤੇ ਆਉਣਾ ਵਾਂ, ਇਹ 'ਚ ਲੇਟ ਕਦੇ ਨਹੀਂ ਆਉਂਦਾ ਹੈਗਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਛੇਤੀ ਮੁੱਕ ਜੇ, ਇਹ ਨਹੀਂ ਕਹਿ ਕੇ ਮੈਂ ਬਾਹਰ ਦੀ ਫਿਲਮ 'ਤੇ ਲੇਟ ਆਉਣਾ, ਪ੍ਰੋਡਿਊਸਰ ਬੈਠੇ ਨੇ ਸਾਹਮਣੇ ਉਹ ਦੱਸ ਸਕਦੇ ਨੇ। ਅੱਛਾ, ਵਨ ਮੋਰ ਕੁਐਸਚਨ, ਤੁਸੀਂ ਹੁਣੇ ਬੋਲਿਆ ਬਾਲੀਵੁੱਡ ਜਿਹੜਾ ਬੋਇਕਾਟ ਬਾਲੀਵੁੱਡ ਦਾ ਟ੍ਰੈਂਡ ਚੱਲਿਆ ਸੀ, ਅਤੇ ਉਹਦੇ ਕਰਕੇ ਤੁਹਾਨੂੰ ਲੱਗਦਾ ਕਿ ਪੰਜਾਬੀ ਸਿਨੇਮਾ ਵੀ ਹੈਂਪਰ ਹੋਇਆ? ਨਹੀਂ, ਉਹਦੇ ਕਰਕੇ ਬਿਲ ਨਹੀਂ ਹੋਇਆ, ਬਿਲਕੁਲ ਨਹੀਂ ਹੋਇਆ ਹੈਗਾ। ਮੈਂ ਤਾਂ ਤੁਹਾਨੂੰ ਇਹ ਕਹਿਣਾ ਸੀਗਾ ਵੀ ਹੁਣ ਤੁਸੀਂ ਇਹ ਨਾ ਹੋਵੇ ਕੱਲ੍ਹ ਨੂੰ ਬਾਈਕਾਟ ਬਾਲੀਵੁੱਡ ਵਾਲੀਆਂ ਖਬਰਾਂ ਬਣਾ ਦਿਓ, ਫਿਲਮ ਸਾਡੀ ਦੀਆਂ ਖਬਰਾਂ ਲਾਇਓ। ਸੋ ਮੇਰਾ ਕਹਿਣ ਦਾ ਮੁੱਦਾ ਤੁਹਾਨੂੰ ਸਿਰੋਂ ਮੋਟਾ ਮੋਟਾ ਇਹ ਸੀਗਾ ਵੀ ਅਸੀਂ ਬਹੁਤ ਮਿਹਨਤ ਮੁਹਨਤ ਕਰਕੇ ਫਿਲਮ ਬਣਾਉਂਦੇ ਹਾਂ, ਔਰ ਸਭ ਤੋਂ ਵੱਧ ਜਦੋਂ ਅਸੀਂ ਨੋਰਮਲ ਕੌਮੇਡੀ ਫਿਲਮਾਂ ਬਣਾਉਂਦੇ ਉਹ ਸਾਡੀਆਂ ਬਹੁਤ ਚੱਲਦੀਆਂ, ਸਾਰਾ ਕੁਛ ਚੱਲਦਾ, ਵਧੀਆ ਚੱਲਦਾ ਵਾ, ਬਟ ਤੁਹਾਡਾ ਇੱਕ ਸਵਾਲ ਹਮੇਸ਼ਾ ਹੀ ਹੁੰਦਾ ਵਾ, ਇਹਦੇ 'ਚ ਕੀ ਖਾਸ ਹੈ ਜੀ, ਅਤੇ ਇਹਦੇ 'ਚ ਕੀ ਮੈਸੇਜ ਹੈ ਜੀ, ਇਹਦੇ 'ਚ ਫਲਾਣਾ ਕੀ ਹੈ ਜੀ, ਇਹਦੇ 'ਚ ਟਿਕਾਣਾ ਕੀ ਹੈ ਜੀ। ਸੋ ਹੁਣ ਤੁਸੀਂ ਆਪ ਟ੍ਰੇਲਰ ਦੇਖਿਆ, ਸੋ ਮੇਰਾ ਕਹਿਣ ਦਾ ਮਤਲਬ ਸਿਰਫ ਇਹ ਹੁੰਦਾ ਕਿ ਕੁਛ ਕੁ ਸਵਾਲ ਜਿਹੜੇ ਤੁਸੀਂ ਆਪ ਲੈ ਕੇ ਆਉਂਦੇ ਹੋ, ਜਦੋਂ ਉਹਨਾਂ ਦਾ ਜਵਾਬ ਤੁਹਾਨੂੰ ਆਪਣੇ ਆਪ ਟ੍ਰੇਲਰ ਦੇ ਵਿੱਚ ਮਿਲਦਾ ਹੈ, ਤਾਂ ਉਹਨੂੰ ਤੁਸੀਂ ਥੋੜ੍ਹਾ ਜ਼ਿਆਦਾ ਬੂਸਟ ਕਰਿਆ ਕਰੋ, ਕਿਉਂਕਿ ਸਾਨੂੰ ਇਹ ਅੰਦਰੋਂ ਫੀਲਿੰਗ ਆਉਣੀ ਚਾਹੀਦੀ ਹੈ ਕਿ ਯਾਰ ਹਾਂ, ਜਦੋਂ ਅਸੀਂ ਇਸ ਤਰ੍ਹਾਂ ਦਾ ਕੰਟੈਂਟ ਬਣਾਉਂਦੇ ਹਾਂ ਨਾ, ਕਿ ਮੀਡੀਆ ਸਾਨੂੰ 200% ਸਪੋਰਟ ਕਰਦਾ ਵਾ, ਕਿਉਂ ਨਾ ਆਪਾਂ ਇੱਦਾਂ ਦੀਆਂ ਚੀਜ਼ਾਂ ਬਣਾਈਏ। ਇਹਦੇ 'ਚ ਓਬਵੀਅਸਲੀ ਪ੍ਰੋਡਿਊਸਰ ਨੂੰ ਇੱਕ ਜਿੰਨੀ ਦੇਰ ਬਿਜ਼ਨਸ ਰਾਈਟ ਨਹੀਂ ਮਿਲੂਗਾ, ਉਹ ਟਰਾਈ ਨਹੀਂ ਕਰੂਗਾ ਡਿਫਰੈਂਟ ਡਿਫਰੈਂਟ ਚੀਜ਼ਾਂ, ਹੈ ਨਾ। ਸੋ ਉਹਨਾਂ ਨੇ ਅਟੈਂਪਟ ਕੀਤਾ ਵਾ, ਹੈ ਨਾ। ਸੋ ਇਹ ਫਿਲਮ ਮੈਨੂੰ ਵੈਸੇ ਇੱਦਾਂ ਲੱਗਦਾ ਕਿ ਇੱਕ ਜਿੱਥੇ ਚੰਗੇ ਸੁਨੇਹੇ ਦੀ ਹੈ ਅਤੇ ਐਂਟਰਟੇਨਮੈਂਟ ਵੀ ਬਹੁਤ ਆ, ਹੈ ਨਾ। ਸੋ ਫਿਲਮ ਦਾ ਫੀਲ ਉਸ ਤਰ੍ਹਾਂ ਦਾ ਵਾ। ਸੋ ਹਾਂਜੀ ਭਾਅ ਜੀ, ਨਹੀਂ ਨਹੀਂ ਉਸੇ ਦਿਨ ਤਾਂ ਕੁਛ ਨਹੀਂ ਜੀ ਸੋਚਿਆ ਸੀਗਾ, ਸੋ ਇਹ ਤਾਂ ਬਾਅਦ ਵਿੱਚ ਹੀ ਸੋਚਿਆ, 8 ਮਾਰਚ ਕਬੇ ਹੋਲੀ, ਹਾਂ।
8 मार्च में वूमेन्स डे भी है सो साड़ी कहानी जो कुड़िया नाल रिलेटेड है जोर दे सो सो वो एक सबने लगदा जी सारे वजह भी वो डेट राइट है जी और राइट डेट है उस पे अगर ये चीज का मैसेज आता है तो ज्यादा बढ़िया है यही गल मैं भी कहनी भाई कि ये फिल्म ही एक्चुअली फीमेल्स नू डेडिकेट कह लो वो कुड़ियाँ जिहड़ियां चाहे बठिंडे उठ के आई हैं या किसी शहर चो या किसी मुल्क चो 15-20 हज़ार की सैलरी लेंदी हैं 7-8 हज़ार का पी जी लेंदी हैं बिचो रोटी पानी भी कढ़ना है माँ प्यो भी पालने हैं इन्नियां जिम्मेदारियां होने के बावजूद आप क्यों नहीं सपोर्ट करते किवें उन्हां दा फायदा चुकया जांदा काफ़ी चीज़ा सीख देखे ट्रेलर च सो ये फिल्म डेडिकेट फीमेल्स नू है दैट्स वाई 8 मार्च सानू बहुत वधिया लग्या क्या बात है जो पहला कर लगे तो प्लान किया गाना प्रमोशनल करना कोशिश सी कि सिद्धू नाल किया जाए सो उदों पंकज भाजी की मैं एक मीटिंग कराई भी सी सिद्धू के नाल सो अनफॉर्चुनेटली वो चीज़ा पॉसीबल नहीं हो पाइया तो वो टाइटल भी उदों ही रख लिया क्योंकि टाइटल मेरे को बहुत पुराना सीगा तो बट हुण जदों उहदी फस्ट लुक असीं पहला रिलीज़ की कईयां नूं लग्या कि शायद इहदा टाइटल नहीं रखना चाहिए सो मैं बिल्कुल भी वो चीज़ बिलीव नहीं करता क्योंकि मैनूं इन्ने साल हो गए इस इंडस्ट्री काम करते हुए कोई भी मैं कंट्रोवर्सी या कोई भी मैं इतना की चीज़ नहीं करनी चाहता कि जिदे किसी का भी दिल दुखे सो इस करके मैं टाइटल असं चेंज करके मित्रा का ना चाहता होर अदरवाइज ये कोई इदा का वो नहीं कि पहला वो क्यों रखा या बाद क्यों रखे थैंक यू जी जी सत श्रीकाल जी 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 थोड़ी कुछ जो पावर होंगी ना तुम उदो गल कह सकते हो हूँ वुमेन आर गेटिंग पावर दैट्स हाउ दैट्स मोर पॉपुलर नाउ पहले भी उन्होंने मन च इफ इट वॉज नो इट वॉज नो पर कह नहीं सी पाते क्योंकि पावर नहीं सी नाउ इंटरनेट हैज कनैक्टेड एवरी वन एक देश का बैठा बंदा दूजे देश कौन की कर रहा है वेख रहा है सो दे हैव नॉलेज दे नो द एक्ट्स दे नो वट राइट दे हैव ऑन देयर बॉडीज दे नो वट राइट दे हैव ऑन देयर थिंकिंग सो ता करके टिका कि नो मीनस नो इज नाउ अ कॉन्फिडेंट थिंग इट्स नॉट पॉपुलर बट नाउ द एक्सेप्टेंस इज मोर एंड आई थिंक थैंक्स टू ऑल द मैन आउट इन द सोसाइटी हु आर हेल्पिंग वुमेन टू नो दिस एंड मैं भी यही चीज़ दसना चाहूँगी कि बंदे ही होंगे ने कुछ वधिया वाले जेडे कुड़ियों को रियलाइज कराते हैं यू हैव द पावर टू से नो वी हैव वी हैड सिंस लोंग एवरीबडी हैव क्योंकि हर किसी को एक एक इंडिविजुअल बॉडी दी गई है इंडिविजुअल माइंड इंडिविजुअल किडनीज लंग्स एवरीथिंग इज इंडिविजुअल सो उन्हें तो सिर्फ साडा हक है थैंक यू तानिया एक सवाल तुसी बहुत ज्यादा लाइक पसंद करते फेमस हो राइट तुसी नो करना कदों सीखी या थानू कदों दस्या गया कि हर चीज़ लई हाँ करनी जरूरी नहीं है ना करनी आनी चाहिए ਅਤੇ ਕਈ ਚੀਜ਼ਾਂ ਜਦੋਂ ਕਰਦੇ ਸਮਝਾਉਂਦੇ ਯੂ ਡੋਂਟ ਗੈਟ ਇਟ ਬਟ ਐਕਸਪੀਰੀਅੰਸ ਜੋ ਤੁਹਾਨੂੰ ਸਮਝਾਉਂਦਾ ਨਾ ਲੈਟ ਯੂ ਕੀਪ ਇਟ ਵਿਦ ਯੂ ਟਿਲ ਯੂਰ ਡੈਥ ਸੋ ਆਈ ਐਮ ਥੈਂਕਫੁਲ ਮਾਈ ਫੈਮਿਲੀ ਮਤਲਬ ਪੜ੍ਹੇ ਲਿਖੇ ਨੇ ਦੇ ਟੋਲਡ ਮੀ ਐਵਰੀਥਿੰਗ ਆਈ ਪਰਸਨਲੀ ਐਮ ਐਜੂਕੇਟਡ ਇਨਾਫ ਆਈ ਡਿਡ ਮਾਈ ਮਾਸਟਰਸ ਆਈ ਲਰਨਡ ਵਿਦ ਟਾਈਮ ਬਟ ਦ ਟਾਈਮ ਆਈ ਥਿੰਕ ਐਜੂਕੇਸ਼ਨ ਟੋਟ ਮੀ ਦਿਸ ਇਟਸ ਓਨਲੀ ਐਜੂਕੇਸ਼ਨ
कि आई हैव राइट टू से यस और बिना वजह से टेंट्रम नहीं बट यस वेयर इट इज नॉट रिक्वायर्ड इट इज नॉट रिक्वायर्ड आई थिंक एवरी गर्ल शुड नो दिस एंड आवर फिल्म इज बेस्ड ऑन इट एंड किप्पी इज सपोर्टिंग सेइंग दीज वर्ड्स तो सो डायलॉग सुने आई थिंक मेरा फेवरेट डायलॉग है कोई जंगल राज थोड़ी है सो आई थिंक दिस फिल्म इज ऑल अबाउट दैट See, I'm very lucky. Thank you to Rakesh ji, thank you to Pankaj ji, thank you to Gippy ji as well, and Tanya, Archie, everybody that's worked on this film. I'm very lucky कि मैंने second film दे विच इन्हीं experience artists दे नाल directors writers दे नाल काम करने को मिल रहा है obviously बहुत कुछ सीखने को मिलता है on set and सारे बहुत supportive ने Gippy ji ता बहुत नवे artists ना launch भी कर देने so it's a lot of support from them ते मैं बहुत excited हूँ कि मैं एहो जाए topic दा हिस्सा आया because I personally have done politics as well so I have a very strong feeling about this topic mainu bahut zyada ek passion jehra kehne ya ki women empowerment bahut zaruri hai and I think shayad western countries de vich zyada awareness hai shayad india de vich haje zarurat hai ki eh jiyan filmaan banan eh je topics leke aun samne aun shayad entertainment de through je assi eh message de sakiye आई थिंक साडे लिए बहुत वड्डी गल होगी असी बहुत लकी फील करांगे कि असी अपनी फिल्म राही तुहानू ये मैसेज दे सके एंड आई रियली होप कि जेडे मुंडे भी देखण जाणगे दिस इज़ नॉट समथिंग अगेंस्ट द मैन दिस इज़ नॉट अगेंस्ट द वूमेन ये सिर्फ एक सोसाइटी की गल हो रही है शायद वी जस्ट नीड टू लर्न वी जस्ट नीड टू ग्रो एंड लाइक आई सेड अर्लियर इज़ वेल कि जे एक औरत का साथ दे तो एक मर्द एक औरत का साथ दे तो आप बहुत ग्रो कर सकते हैं आई थिंक दोनों की जरूरत है सर थैंक यू गिप्पी बंस से सवाल है भाई सत श्रीकाल जी सत श्रीकाल सारे सत श्रीकाल जी सो मुबारक थोड़ी फिल्म के लिए थैंक यू ਪਹਿਲੀ ਇੱਕ ਚੀਜ਼ ਆਪਾਂ ਦੇਖੀਏ ਕਿ ਜਿਵੇਂ ਕਿ ਤੁਸੀਂ ਇੱਕ ਲੀਡਿੰਗ ਐਕਟਰ ਪ੍ਰੋਡਿਊਸਰ ਹੋ ਪੰਜਾਬੀ ਇੰਡਸਟਰੀ ਦੇ ਔਰ ਹਮੇਸ਼ਾ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਵੀ ਫਿਲਮਾਂ ਨੂੰ ਦੇਖਿਆ ਜਾਂਦਾ ਬਟ ਤੁਸੀਂ ਹਮੇਸ਼ਾ ਜਿਹੜਾ ਸੋਸ਼ਲ ਮੁੱਦਿਆਂ ਨੂੰ ਫਿਲਮਾਂ ਦੇ ਵਿੱਚ ਲੈ ਕੇ ਆਉਂਦੇ ਹੋ ਚਾਹੇ ਉਹ ਕਾਮੇਡੀ ਦੇ ਨਾਲ ਵੀ ਲੈ ਕੇ ਆਓ ਜਿਵੇਂ ਅਸੀਂ ਹਨੀਮੂਨ ਦੇ ਵਿੱਚ ਵੀ ਦੇਖਿਆ ਸੀ ਉਦੋਂ ਵੀ ਤੁਸੀਂ ਫੀਮੇਲਸ ਦੀ ਕੀ ਰਿਸਪੈਕਟ ਇੱਕ ਫੈਮਿਲੀ ਦੇ ਵਿੱਚ ਹੋਣੀ ਚਾਹੀਦੀ ਉਹਦੇ ਉੱਤੇ ਜ਼ੋਰ ਦਿੱਤਾ ਸੀ ਸੋ ਤੁਹਾਡੀ ਇਸ ਦੇ ਪਿੱਛੇ ਆਈਡੀਓਲੋਜੀ ਕੀ ਹੈਗੀ ਹੈ ਮੈਂ ਚਾਹਾਂਗਾ ਕਿ ਤੁਸੀਂ ਉਹ ਸ਼ੇਅਰ ਕਰੋ ਔਰ ਤੇ ਤੁਹਾਨੂੰ ਕਿਵੇਂ ਇੱਕ ਰਿਸਕ ਨਹੀਂ ਲੱਗਦਾ ਕਿ ਆਡੀਅੰਸ ਉਸਨੂੰ ਅੰਡਰਸਟੈਂਡ ਕਰੇਗੀ ਐਕਸੈਪਟ ਕਰੇਗੀ ਉਸ ਦੇ ਪਿੱਛੇ ਤੁਹਾਡੀ ਸਟਰੈਂਥ ਕੀ ਹੈ ਭਾਜੀ ਐਕਚੁਅਲੀ ਤਾਂ ਮੈਨੂੰ ਵੈਸੇ ਤਾਂ ਮੈਂ ਸੱਚੀ ਗੱਲ ਦੱਸਾਂ ਤਾਂ ਮੈਂ ਜਦੋਂ ਆਪ ਫਿਲਮ ਕੋਈ ਵੀ ਪ੍ਰੋਡਿਊਸ ਕਰਦਾ ਵਾਂ ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਹੈ ਮੈਂ ਉਹ ਪ੍ਰੋਡਿਊਸ ਕਰਦਾ ਕਦੇ ਮੈਂ ਇਹ ਨਹੀਂ ਦੇਖਿਆ ਕਿ ਕਾਮੇਡੀ ਆ ਜੇ ਕਿਉਂਕਿ ਮੈਂ ਇਹੀ ਦੇਖਦਾ ਹੁੰਦਾ ਤਾਂ ਵਾਰਨਿੰਗ ਅਰਦਾਸ ਕਦੇ ਫਿਲਮਾਂ ਬਣਦੀਆਂ ਹੈ ਨਾ ਅਤੇ ਆਹ ਫਿਲਮ ਵੀ ਜਦੋਂ ਭਾਜੀ ਨੇ ਆ ਕੇ ਮੈਨੂੰ ਸੁਣਾਈ ਸੀ ਹੈ ਨਾ ਸੋ ਮੈਂ ਇਹਨਾਂ ਨੂੰ ਇਹ ਕਿਹਾ ਸੀ ਕਿਉਂਕਿ ਇਹਨਾਂ ਨੇ ਵੀ ਮੈਨੂੰ ਇਹ ਸੁਣਾਈ ਸੀ ਕਹਿੰਦੇ ਭਾਅ ਜੀ ਇੱਕ ਚੰਗਾ ਸਬਜੈਕਟ ਸੁਣਾਵਾਂ ਮੈਂ ਕਿਹਾ ਬਿਲਕੁਲ ਭਾਅ ਜੀ ਔਰ ਮੈਨੂੰ ਲੱਗਦਾ ਕਿ ਅਸੀਂ ਕੋਈ ਹੋਰ ਚੀਜ਼ ਡਿਸਕਸ ਹੀ ਨਹੀਂ ਕੀਤੀ ਅਸੀਂ ਕੋਈ ਹੋਰ ਪਲੋਟ ਨਹੀਂ ਡਿਸਕਸ ਕੀਤਾ ਜਦਕਿ ਇਹ ਆਊਟ ਐਂਡ ਆਊਟ ਕਾਮੇਡੀ ਦੇ ਮਾਸਟਰ ਨੇ ਇਹਨਾਂ ਨੇ ਇੰਨੀਆਂ ਲਾਸਟ ਤੁਸੀਂ ਚੈੱਕ ਕਰੋ ਸਭ ਤੋਂ ਵੱਡੀਆਂ ਫਿਲਮਾਂ ਇਹਨਾਂ ਨੇ ਦਿੱਤੀਆਂ ਕਾਮੇਡੀ ਦੀਆਂ ਹੈ ਨਾ ਅਸੀਂ ਉਸ ਚੀਜ਼ ਨੂੰ ਇਹ ਨਹੀਂ ਕਿਹਾ ਹੈਗਾ ਕਿਉਂਕਿ ਮੈਨੂੰ ਐਸੀ ਮੈਂ ਕਿਹਾ ਯਾਰ ਡਿਫਰੈਂਟ ਕੀ ਆ ਹੈ ਨਾ ਅੱਛਾ ਕੀ ਆ ਚੰਗਾ ਕੀ ਆ ਔਰ ਹਿੱਟ ਫਲੋਪ ਦਾ ਭਾਜੀ ਕੋਈ ਫਾਰਮੂਲਾ ਨਹੀਂ ਚੰਗੀ ਚੀਜ਼ ਨੂੰ ਕੋਈ ਨਹੀਂ ਰੋਕ ਸਕਦਾ ਹੈਗਾ ਮੈਨੂੰ ਇੱਦਾਂ ਲੱਗਦਾ ਹੈ ਨਾ ਉਹ ਜੇ ਥੋੜ੍ਹੀ ਬਹੁਤ ਕੋਈ ਇਗਨੋਰ ਕਰ ਵੀ ਦਿੰਦਾ ਤਾਂ ਉਹਨੂੰ ਜਿੰਨੇ ਲੋਕ ਦੇਖਦੇ ਆ ਉਹ ਇੰਨਾ ਐਪਰੀਸ਼ੀਏਟ ਕਰ ਦਿੰਦੇ ਆ ਕਿ ਤੁਹਾਨੂੰ ਉਹ ਚੀਜ਼ ਭੁੱਲ ਜਾਂਦੀ ਹੈ ਕਿ ਯਾਰ ਸਾਡੀ ਫਿਲਮ ਨੂੰ ਇਗਨੋਰ ਕੀਤਾ ਸੀ ਕਿਸੇ ਨੇ ਜਾਂ ਇੱਦਾਂ ਕੀਤਾ ਸੀ ਉੱਦਾਂ ਕੀਤਾ ਸੀ ਸੋ ਮਾੜੀ ਫਿਲਮ ਨੂੰ ਕੋਈ ਧੱਕੇ ਨਾਲ ਚਲਾ ਨਹੀਂ ਸਕਦਾ ਹੈ ਨਾ ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਫਿਲਮ ਚੰਗੀ ਬਣਾਈ ਜਾਵੇ ਹਾਂ ਉਹਨੂੰ ਪ੍ਰਮੋਟ ਕਰੀਏ ਦੱਬ ਕੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕੋਈ ਜਦੋਂ ਨਵਾਂ ਵਿਸ਼ਾ ਜਾਂ ਨਵਾਂ ਸਬਜੈਕਟ ਆਉਂਦਾ ਇੱਕ ਵਾਰੀ ਲੋਕ ਸੋਚਦੇ ਨੇ ਬੈਠ ਕੇ ਕਿ ਅੱਛਾ ਯਾਰ ਇਹਦੇ 'ਚ ਕੀ ਹੋਊ ਇੱਕ ਆਪਾਂ ਆਪਣੇ ਆਈਡੀਆ ਲਾਉਣ ਲੱਗ ਜਾਂਦੇ ਹਾਂ ਕਿ ਯਾਰ ਇਹ ਫਿਲਮ ਜ਼ਿਆਦਾ ਸੈਡ ਤਾਂ ਨਹੀਂ ਹੋਊ ਇਹ ਫਿਲਮ ਜ਼ਿਆਦਾ ਐਂ ਤਾਂ ਨਹੀਂ ਹੋਊ ਤਾਂ ਕੋਈ ਵੀ ਫਿਲਮ ਸਭ ਤੋਂ ਜ਼ਿਆਦਾ ਜਿਹੜੀ ਮੈਂ ਅੱਜ ਤੱਕ ਸੰਜੀਦਾ ਫਿਲਮ ਬਣਾਈ ਸੀ ਉਹ ਅਰਦਾਸ ਸੀ ਬਟ ਉਹਦੇ ਵਿੱਚ ਵੀ ਜੋ ਤੁਸੀਂ ਦੇਖਦੇ ਹੋ ਉਹ ਵੀ ਇੰਟਰਟੇਨਮੈਂਟ ਸੀ ਕਿਉਂਕਿ ਜੇ ਤੁਹਾਨੂੰ ਅਸੀਂ ਇਹ ਤਾਂ ਇਹ ਨਹੀਂ ਸਕਦਾ ਕਿ ਅਸੀਂ ਭਾਸ਼ਣ ਦੇਈ ਜਾਈਏ ਭਾਸ਼ਣ ਕੋਈ ਨਹੀਂ ਸੁਣਦਾ ਹੈਗਾ ਉਹਨੂੰ ਵੀ ਇੰਟਰਟੇਨਿੰਗ ਬਣਾਉਣਾ ਪੈਂਦਾ ਵਾ ਕਿ ਯਾਰ ਚੰਗਾ ਕੀ ਹੋ ਸਕਦਾ ਸੋ ਇਸ ਫਿਲਮ ਨੂੰ ਵੀ ਬਹੁਤ ਇੰਟਰਸਟਿੰਗ ਤਰੀਕੇ ਨਾਲ ਬਣਾਇਆ ਗਿਆ ਬਹੁਤ ਵਧੀਆ ਤਰੀਕੇ ਨਾਲ ਸ਼ੂਟ ਕੀਤਾ ਗਿਆ ਇਕੱਲਾ ਇਕੱਲਾ ਸੀਨ ਪਲਾਨ ਕੀਤਾ ਗਿਆ ਕਿ ਇਹ ਨਾ ਹੋਵੇ ਕਿ ਯਾਰ ਲੋਕਾਂ ਨੂੰ ਐਂ ਲੱਗੇ ਕਿ ਯਾਰ ਇਕੱਲਾ ਮੈਸੇਜ ਹੀ ਦੇ ਕੇ ਤੋਰ ਰਹੇ ਨੇ ਹਨ ਸੋ ਇੰਟਰਟੇਨਮੈਂਟ ਮਸਟ ਆ ਸੋ ਮੈਨੂੰ ਹਰ ਫਿਲਮ 'ਚ ਲੱਗਦਾ ਹੁੰਦਾ ਕਿ ਇੰਟਰਟੇਨਮੈਂਟ ਮਸਟ ਹੋਣਾ ਚਾਹੀਦਾ ਉਹ ਇਹਦੇ 'ਚ ਫੁੱਲ ਹੈ ਪਲੱਸ ਹਾਂ ਇੱਕ ਚੰਗੀ ਫਿਲਮ ਹੈ ਇੱਕ ਬਹੁਤ ਵਧੀਆ ਫਿਲਮ ਹੈ ਜਿਹਦੀ ਕਿ ਆਪਣੀ ਮੁੱਲਾ ਦਾ ਸੋਸਾਇਟੀ ਨੂੰ ਬਹੁਤ ਜ਼ਰੂਰਤ ਸੀ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
लास्ट सवाल है मेरा, मैं पहले तो कंग्रेचुलेट करूँगा सर पंकज बत्रा जी वर्गे डायरैक्टर इस डायरैक्टर जिन्होंने मांगा मैं, और इन्नी वधिया स्टारकास्ट के नाल तुसी आ रहे हो तो कुछ वधिया ही आएगा। मेरा क्वेश्चन ये है सर, बहुत टाइम तो तुहाडे एंग्री यंग मैन लुक देख रहे हैं, अस सानू एक पंजाबी का भी एंग्री यंग मैन मिल गया क्या? क्योंकि एक संधु हुंदा सी वार्निंग, उस तो बाद इदा ने मतलब एक मुक्के नाल दवार तोड़न वाला बंदा आ गया। चंगी फिल्म है ना जिन्होंने आप कह सकते। सो ये हूँ मैं ज़्यादा बयान नहीं करता क्योंकि तुम ट्रेलर देख लिया है ना, तो नो डाउट एक्शन भी दिखावे जी थोड़ू पक्का कहना तोड़ देना। हाँ उस सैट तो आ रहा मैं कहना तोड़ो ये बहुत सैट सुट करके आया हुआ खिला रहा पाया उन्होंने। ठीक है सर, ऑल द बेस्ट सर, थैंक यू। ट्रेलर एक बार और से, और भी लोग होने ज्वाइन कर लिए। फाइव कैमरामैन लाइट ऑफ कर दो, कैमरामैन साहब पीछे हो जाओ जरा, सानू वधिया एक बार प्लीज लाइट स्टारकास्ट एक मिनट जरा।